प्यारे बच्चों सत श्री अकाल आज ਆਪਾਂ ਪੜਾਂਗੇ ਤੁਹਾਡੀ 6ਵੀਂ ਜਮਾਤ ਦੀ ਪਾਠ ਪੁਸਤਕ ਰੁੰਬਲਾਂ ਦਾ ਪਾਠ ਨੰਬਰ 21 ਸਾਇੰਸ ਸਿਟੀ ਦੀ ਯਾਤਰਾ ਸਾਇੰਸ ਸਿਟੀ ਦੀ ਯਾਤਰਾ ਇੱਕ ਵਿਦਿਅਕ ਯਾਤਰਾ ਹੈ ਇਹ ਬੱਚਿਆਂ ਦੇ ਗਿਆਨ ਵਿੱਚ ਚੋਖਾ ਵਾਧਾ ਕਰਦੀ ਹੈ ਸਾਇੰਸ ਸਿਟੀ ਅਸਲ ਵਿੱਚ ਗਿਆਨ ਵਿਗਿਆਨ ਦਾ ਭਰਪੂਰ ਅਦੁੱਤ ਸੋਮਾ ਹੈ ਜਿਹੜਾ ਇੱਕ ਵਾਰੀ ਇੱਥੇ ਚਲਾ ਜਾਂਦਾ ਹੈ ਉਸ ਦਾ ਆਉਣ ਨੂੰ ਦਿਲ ਨਹੀਂ ਕਰਦਾ ਇਸ ਵਿੱਚ ਕੀ ਕੀ ਵੇਖਣ ਨੂੰ ਮਿਲਦਾ ਹੈ ਪੜੋ ਇਸ ਪਾਠ ਵਿੱਚ ਇਸ ਪਾਠ ਵਿੱਚ ਤੁਹਾਨੂੰ ਪੜ ਕੇ ਪਤਾ ਚੱਲੇਗਾ ਕਿ ਸਾਇੰਸ ਸਿਟੀ ਹੈ ਜੋ ਬਹੁਤ ਵਧੀਆ ਤੇ ਗਿਆਨ ਦਾ ਸੋਮਾ ਹੈ ਉੱਥੇ ਕੀ ਕੀ ਚੀਜ਼ਾਂ ਹਨ ਕੀ ਵੇਖਣ ਨੂੰ ਹਨ ਇਹ ਪਾਠ ਸਾਇੰਸ ਸਿਟੀ ਦੀ ਯਾਤਰਾ ਇੱਕ ਐਕਟੀਵਿਟੀ ਹੈ ਇੱਕ ਗਤੀਵਿਧੀ ਹੈ ਸਾਰੇ ਬੱਚੇ ਇਸ ਪਾਠ ਨੂੰ ਧਿਆਨ ਨਾਲ ਸੁਣਨਗੇ ਤਾਂ ਕਿ ਪਾਠ ਸੁਣਨ ਤੋਂ ਬਾਅਦ ਸਾਰੇ ਬੱਚੇ ਆਪਣੇ ਕਾਪੀ ਦੇ ਵਿੱਚ ਸਾਇੰਸ ਸਿਟੀ ਦੀ ਯਾਤਰਾ ਬਾਰੇ ਆਪਣੇ ਸ਼ਬਦਾਂ ਦੇ ਵਿੱਚ ਲਿਖਣ ਦੇ ਯੋਗ ਹੋ ਜਾਣ ਸਾਰੇ ਬੱਚੇ ਧਿਆਨ ਨਾਲ ਸੁਣੋ ਅੱਗੇ ਪਾਠ ਸ਼ੁਰੂ ਕਰਨ ਜਾ ਰਹੇ ਹਾਂ ਕਿਸੇ ਸਕੂਲ ਦੇ 5ਵੇਂ ਜਮਾਤ ਦੇ ਬੱਚੇ ਸਾਇੰਸ ਸਿਟੀ ਵੇਖਣ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਇਕਮ بڑے ਚਾਹ ਨਾਲ ਆਪਣੀ ਮੰਮੀ ਨਾਲ ਗੱਲ ਕਰ ਰਿਹਾ ਹੈ ਚਾਹ ਪਾਵ ਬੜੀ ਖੁਸ਼ੀ ਦੇ ਨਾਲ ਗੱਲ ਕਰ ਰਿਹਾ ਹੈ ਆਪਣੀ ਮੰਮੀ ਨਾਲ ਉਸਦੀ ਮੰਮੀ ਆਪਣੇ ਬੱਚੇ ਦੀ ਤਿਆਰੀ ਵਾਸਤੇ ਕਾਫੀ ਦੌੜ ਭੱਜ ਕਰ ਰਹੀ ਹੈ ਇਕਮ ਮੰਮੀ ਮੰਮੀ ਜਲਦੀ ਕਰੋ ਸਰ ਨੇ ਸਕੂਲ 7 ਵਜੇ ਪਹੁੰਚਣ ਲਈ ਕਿਹਾ ਸੀ ਮੰਮੀ بیٹے ਹਾਲੇ ਤਾਂ 6:30 ਹੀ ਹੋਏ ਹਨ ਮੈਂ ਤੈਨੂੰ 7 ਵਜੇ ਤੋਂ ਪਹਿਲਾਂ ਹੀ ਸਕੂਲ ਪਹੁੰਚਾ ਦੇਵਾਂਗੀ। ਏਕਮ ਮੰਮੀ ਇਹ ਸਾਇੰਸ ਸਿਟੀ ਹੈ ਕਿੱਥੇ? ਮੰਮੀ ਬੇਟੇ ਸਾਇੰਸ ਸਿਟੀ ਜਲੰਧਰ ਤੋਂ ਕਪੂਰਥਲਾ ਜਾਣ ਵਾਲੀ ਸੜਕ ਤੇ ਬਣਿਆ ਹੋਇਆ ਹੈ। ਇਸ ਦੀ ਨੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਰੱਖੀ ਸੀ। ਉਹਨਾਂ ਨੇ ਸਾਇੰਸ ਸਿਟੀ ਪੰਜਾਬ ਵਾਸੀਆਂ ਨੂੰ ਇੱਕ ਤੋਹਫੇ ਵਜੋਂ ਹੀ ਦਿੱਤਾ ਹੈ। ਤੋਹਫਾ ਭਾਵ ਗਿਫਟ ਇੱਕ ਉਪਕਾਰ ਵਜੋਂ ਦਿੱਤਾ ਹੈ। ਏਕਮ ਮੰਮੀ ਕਹਿੰਦੇ ਹਨ ਕਿ ਸਾਇੰਸ ਸਿਟੀ ਅੰਦਰੋਂ ਵੇਖਣ ਵਾਲਾ ਹੈ। ਮੰਮੀ ਬਿਲਕੁਲ ਠੀਕ ਸਾਇੰਸ ਸਿਟੀ ਅੰਦਰੋਂ ਬਹੁਤ ਵਧੀਆ ਬਣਿਆ ਹੋਇਆ ਹੈ। ਇਹ ਗਿਆਨ ਅਤੇ ਵਿਗਿਆਨ ਦਾ ਇੱਕ ਅਦਭੁਤ ਸੋਮਾ ਹੈ। ਗਿਆਨ ਭਾਵ ਨੋਲੇਜ ਦਾ। ਅਦਭੁਤ ਸੋਮਾ ਭਾਵ ਇੱਕ ਬੜਾ ਅਜੀਬ ਕਿਸਮ ਦਾ ਅਜੀਬ ਭਾਵ ਅਨੋਖਾ ਸਾਧਨ ਹੈ ਗਿਆਨ ਦਾ ਇੱਕ ਅਨੋਖਾ ਸਾਧਨ ਹੈ ਏਕਮ ਮੰਮੀ ਮੈਨੂੰ ਸਾਇੰਸ ਸਿਟੀ ਬਾਰੇ ਸੁਣ ਕੇ ਮਜ਼ਾ ਆ ਰਿਹਾ ਹੈ ਮੈਨੂੰ ਹੋਰ ਦੱਸੋ ਮੰਮੀ ਬੇਟੇ ਤੇਰਾ ਟਾਈਮ ਹੋ ਚੁੱਕਾ ਹੈ ਚੱਲ ਤੈਨੂੰ ਸਕੂਲ ਛੱਡ ਆਵਾਂ ਬਾਕੀ ਤੈਨੂੰ ਵੇਖ ਕੇ ਸਭ ਪਤਾ ਲੱਗ ਜਾਣਾ ਏਕਮ ਦੀ ਮੰਮੀ ਉਸ ਨੂੰ ਸਕੂਟਰ ਤੇ ਬਿਠਾ ਕੇ ਸਕੂਲ ਛੱਡਣ ਜਾਂਦੀ ਹੈ ਉਨ੍ਹਾਂ ਦੀ ਬੱਸ ਤਿਆਰ ਖੜੀ ਹੈ ਸਭ ਬੱਚੇ ਬੱਸ ਵਿੱਚ ਬੈਠੇ ਹਨ ਇੱਕੰਮ ਵੀ ਉਹਨਾਂ ਵਿੱਚ ਜਾ ਕੇ ਬੈਠ ਗਿਆ ਉਹਨਾਂ ਦੀਆਂ ਦੋ ਮੈਡਮਾਂ ਨਾਲ ਜਾ ਰਹੀਆਂ ਹਨ 3 ਘੰਟੇ ਦੇ ਸਫ਼ਰ ਤੋਂ ਬਾਅਦ ਉਹ ਸਾਇੰਸ ਸਿਟੀ ਪਹੁੰਚ ਜਾਂਦੇ ਹਨ ਮੈਡਮ ਬੱਚਿਆਂ ਨੂੰ ਬੱਸ ਵਿੱਚੋਂ ਉਤਾਰਦੇ ਹੋਏ ਸਭ ਬੱਚੇ ਲਾਈਨ ਵਿੱਚ ਖੜੇ ਹੋ ਜਾਓ ਕਿਸੇ ਨੇ ਸ਼ੋਰ ਨਹੀਂ ਕਰਨਾ ਮੈਂ ਹੁਣੇ ਟਿਕਟਾਂ ਲੈ ਕੇ ਆਈ ਟਿਕਟਾਂ ਵਿਖਾ ਕੇ ਬੱਚੇ ਮੈਡਮ ਨਾਲ ਅੰਦਰ ਦਾਖਲ ਹੁੰਦੇ ਹਨ ਰੀਆ ਸਲੋਨੀ ਆ ਦੇਖ ਕੁੱਪ ਜਿਹਾ ਕੀ ਬਣਿਆ ਹੋਇਆ ਹੈ ਕੁੱਪ ਭਾਵ ਜਿਸ ਵਿੱਚ ਤੂੜੀ ਸੰਭੀ ਜਾਂਦੀ ਹੈ ਸਲੋਨੀ ਰੀਆ ਇਹ ਤਾਂ ਕੋਈ ਗਲੋਬ ਜਿਹਾ ਲੱਗਦਾ ਹੈ ਮੈਡਮ ਗਲੋਬ ਵਰਗੀ ਇਮਾਰਤ ਦੇ ਅੰਦਰ ਜਾ ਕੇ ਬੱਚਿਓ ਦੇਖੋ ਇਹ ਇਮਾਰਤ ਬਾਹਰੋਂ ਇੱਕ ਗਲੋਬ ਵਾਂਗ ਲੱਗਦੀ ਹੈ ਅਸਲ ਵਿੱਚ ਇਹ ਇੱਕ ਸਪੇਸ ਗੈਲਰੀ ਹੈ ਇੱਥੇ ਪੁਲਾੜ ਨਾਲ ਸੰਬੰਧਿਤ ਵੱਖ-ਵੱਖ ਕਿਸਮ ਦੀਆਂ ਫਿਲਮਾਂ ਵਿਖਾਈਆਂ ਜਾਂਦੀਆਂ ਹਨ ਰੀਆ ਮੈਡਮ ਜੀ ਇੱਥੇ ਫਿਲਮਾਂ ਵਿਖਾਈਆਂ ਜਾਂਦੀਆਂ ਨੇ ਇਹ ਤਾਂ ਬਹੁਤ ਮਜ਼ਾ ਆਵੇਗਾ ਮੈਡਮ ਰੀਆ ਇਹ ਉਹ ਫਿਲਮਾਂ ਨਹੀਂ ਹਨ ਜੋ ਤੂੰ ਸੋਚ ਰਹੀ ਹੈ ਇਹ ਫਿਲਮਾਂ ਗਿਆਨ ਵਧਾਉਣ ਵਾਲੀਆਂ ਹਨ ਪਰ ਤੁਸੀਂ ਇਨ੍ਹਾਂ ਦਾ ਵੀ ਮਜ਼ਾ ਲਵੋਗੇ ਬੱਚਿਆਂ ਨੇ ਵੇਖਿਆ ਉੱਥੇ ਇੱਕ ਬਹੁਤ ਵੱਡੀ ਸਾਰੀ ਸਕਰੀਨ ਲੱਗੀ ਹੋਈ ਸੀ ਅੰਦਰ ਪੂਰੀ ਸ਼ਾਂਤੀ ਸੀ ਉੱਥੇ ਬੱਦਲ ਗਰਜਣ ਦੀ ਆਵਾਜ਼ ਤੋਂ ਲੈ ਕੇ ਸੂਈ ਡਿੱਗਣ ਤੱਕ ਦੀ ਆਵਾਜ਼ ਆਉਂਦੀ ਸੀ ਜਦੋਂ ਅੰਦਰ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਤਾਂ ਇਹ ਥੀਏਟਰ ਰਾਤ ਦੇ ਆਕਾਸ਼ ਵਿੱਚ ਬਦਲ ਗਿਆ ਆਕਾਸ਼ ਵਿੱਚ ਤਾਰੇ ਚਮਕਣ ਲੱਗੇ ਫਿਰ ਬੱਚਿਆਂ ਨੂੰ ਹਵਾਈ ਜਹਾਜ਼ ਵਾਲੀ ਫਿਲਮ ਵਿਖਾਈ ਗਈ ਇਹੀ ਫਿਲਮ ਵੇਖ ਕੇ ਬੱਚਿਆਂ ਨੂੰ ਇੰਜ ਲੱਗਾ ਜਿਵੇਂ ਉਹ ਹਵਾਈ ਜਹਾਜ਼ ਵਿੱਚ ਹੀ ਬੈਠੇ ਹੋਣ ਅਮਨ ਮੈਡਮ ਜੀ ਇਹ ਧਰਤੀ ਕਿਉਂ ਹਿੱਲ ਰਹੀ ਹੈ ਇਹ ਝਟਕੇ ਇਹ ਕਿਉਂ ਆਉਣ ਲੱਗ ਰਹੇ ਹਨ ਮੈਡਮ ਬੱਚਿਓ ਇਸ ਨੂੰ ਪੁਚਾਲ ਆਖਦੇ ਹਨ ਇਹ ਪੁਚਾਲ ਨਾਲ ਸੰਬੰਧਿਤ ਫਿਲਮ ਚੱਲ ਰਹੀ ਹੈ ਇਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਪੁਚਾਲ ਕਿਵੇਂ ਆਉਂਦੇ ਹਨ ਕਾਫੀ ਦੇਰ ਥੀਏਟਰ ਵਿੱਚ ਬੈਠ ਕੇ ਫਿਲਮ ਵੇਖਣ ਤੋਂ ਬਾਅਦ ਉਹ ਅੱਗੇ ਵਧੇ ਉਹ ਸੇਤ ਗੈਲਰੀ ਵਿੱਚ ਪਹੁੰਚ ਗਏ ਏਕਮ ਮੈਡਮ ਜੀ ਉਹ ਸਾਹਮਣੇ ਵੱਡਾ ਸਾਰਾ ਕੀ ਹੈ ਮੈਡਮ ਬੱਚਿਓ ਇਹ ਇੱਕ ਇਨਸਾਨ ਦੇ ਦਿਲ ਦਾ ਮਾਡਲ ਹੈ ਇਹ 12 ਫੁੱਟ ਉੱਚਾ ਹੈ ਆਓ ਇਸ ਦੇ ਵਿੱਚੋਂ ਦਿਲ ਲੰਘੀਏ ਇਸ ਵਿੱਚੋਂ ਲੰਘਣ ਤੇ ਤੁਹਾਨੂੰ ਦਿਲ ਦੀ ਅਸਲੀ ਧੜਕਣ ਸੁਣਾਈ ਦੇਵੇਗੀ ਏਕਮ ਲੰਗਦਾ ਹੋਇਆ ਮੈਡਮ ਜੀ ਵਾਕਿਆ ਹੀ ਦਿਲ ਦੀ ਧੜਕਣ ਸੁਣਾਈ ਦਿੰਦੀ ਹੈ ਮੈਡਮ ਬੱਚਿਓ ਇਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਹੈ ਅਸੀਂ ਕਿੰਨੀ ਵਾਰ ਸਾਹ ਲੈਂਦੇ ਹਾਂ ਇਹ ਸਭ ਕੁਝ ਇਹ ਪਾਰਦਰਸ਼ੀ ਮਨੁੱਖ ਦਾ ਮਾਡਲ ਸਾਨੂੰ ਬੋਲ ਕੇ ਦੱਸਦਾ ਹੈ ਪਾਰਦਰਸ਼ੀ ਭਾਵ ਆਰ ਪਾਰ ਨਜ਼ਰ ਆਉਣ ਵਾਲਾ ਸਿਹਤ ਗੈਲਰੀ ਤੋਂ ਉਹ ਹੋਰ ਅੱਗੇ ਗਏ ਇਹ ਇੱਕ ਬਿਜਲੀ ਊਰਜਾ ਪਾਰਕ ਸੀ ਬਿਜਲੀ ਊਰਜਾ ਪਾਰਕ ਭਾਵ ਉਥੇ ਬਿਜਲੀ ਊਰਜਾ ਦਾ ਮਾਡਲ ਬਣਿਆ ਹੋਇਆ ਸੀ ਸਲੋਨੀ ਮੈਡਮ ਜੀ ਇਹ ਕਿਸ ਚੀਜ਼ ਦਾ ਮਾਡਲ ਹੈ ਮੈਡਮ ਬੱਚਿਓ ਇਹ ਸਾਡੇ ਰਣਜੀਤ ਸਾਗਰ ਡੈਮ ਦਾ ਮਾਡਲ ਹੈ ਇਸ ਰਾਹੀਂ ਦਰਸਾਇਆ ਗਿਆ ਹੈ ਕਿ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ਉੰਜ ਇਸ ਰਣਜੀਤ ਸਾਗਰ ਡੈਮ ਨੂੰ ਪਾਖੜਾ ਡੈਮ ਵੀ ਆਖਦੇ ਹਨ ਰੀਆ ਮੈਡਮ ਜੀ ਇਸ ਸਪੋਰਟਸ ਗੈਲਰੀ ਵਿੱਚ ਕੀ ਦੱਸਿਆ ਗਿਆ ਹੈ ਮੈਡਮ ਬੇਟੀ ਇਹ ਸਪੋਰਟਸ ਗੈਲਰੀ ਸਾਡੀਆਂ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਕ ਸਿਧਾਂਤਾਂ ਦੇ ਭੇਦਾਂ ਨੂੰ ਦੱਸਦੀ ਹੈ ਇਹ ਦੱਸਦੀ ਹੈ ਕਿ ਕ੍ਰਿਕਟ ਵਿੱਚ ਇੱਕ ਸਪਿਨਰ ਸਪਿਨਰ ਭਾਵ ਗੇਂਦਬਾਜ਼ ਦੀ ਗੇਂਦ ਕਿਵੇਂ ਸਪਿਨ ਹੁੰਦੀ ਹੈ ਸਪਿਨ ਹੋਣਾ ਭਾਵ ਘੁੰਮਣਾ ਕਿ ਇੱਕ ਗੇਂਦਬਾਜ਼ ਦੀ ਗੇਂਦ ਕਿਵੇਂ ਘੁੰਮਦੀ ਹੈ ਅਮਨ ਮੈਡਮ ਜੀ ਜਿਵੇਂ ਕ੍ਰਿਕਟਰ ਹਰਪਜਨ ਬਾਲ ਨੂੰ ਸਪਿਨ ਕਰਾਉਂਦਾ ਹੈ ਮੈਡਮ ਬਿਲਕੁਲ ਠੀਕ ਸਲੋਨੀ ਮੈਡਮ ਜੀ ਇਹ ਕਿਹੜੀਆਂ ਰੇਲਾਂ ਦੇ ਮਾਡਲ ਹਨ ਮੈਡਮ ਇਹ ਮਾਡਲ ਦਿੱਲੀ ਦੀ ਮੈਟਰੋ ਜਾਪਾਨ ਦੀ ਬੁਲੇਟ ਟ੍ਰੇਨ ਅਤੇ ਕਲਕੱਤਾ ਤੋਂ ਸ਼ਿਮਲਾ ਨੂੰ ਜਾਂਦੀ ਛੋਟੀ ਲਾਈਨ ਵਾਲੀ ਰੇਲ ਦੇ ਮਾਡਲ ਹਨ ਸਾਇੰਸ ਸਿਟੀ ਵੇਖਣਾਂ ਉਹਨਾਂ ਨੂੰ ਸ਼ਾਮ ਪੈ ਚੁੱਕੀ ਸੀ ਉਹਨਾਂ ਨੇ 3 ਘੰਟੇ ਦਾ ਸਫ਼ਰ ਕਰਕੇ ਵਾਪਸ ਵੀ ਜਾਣਾ ਸੀ ਬੱਚਿਆਂ ਦਾ ਉੱਥੋਂ ਜਾਣ ਨੂੰ ਦਿਲ ਤਾਂ ਨਹੀਂ ਸੀ ਕਰ ਰਿਹਾ ਪਰ ਮਜਬੂਰੀ ਸੀ ਮੈਡਮ ਦੇ ਕਹਿਣ ਤੇ ਬੱਚੇ ਬੱਸ ਵਿੱਚ ਬੈਠ ਗਏ ਹੁਣ ਉਹਨਾਂ ਦੀ ਬੱਸ ਵਾਪਸ ਉਹਨਾਂ ਦੇ ਪਿੰਡ ਨੂੰ ਦੌੜੇ ਜਾ ਰਹੀ ਸੀ ਸੋ ਪਿਆਰੇ ਬੱਚਿਓ ਉਮੀਦ ਹੈ ਤੁਹਾਨੂੰ ਇਹ ਪਾਠ ਸਮਝ ਆਇਆ ਸਾਇੰਸ ਸਿਟੀ ਦੀ ਗਲੋਬ ਰੂਪ ਵਾਲੀ ਤਸਵੀਰ ਨੂੰ ਆਪਣੀ ਪੱਕੀ ਕਾਪੀ ਤੇ ਬਣਾਓ ਭਾਵ ਡਰਾ ਕਰੋ ਅਤੇ ਸਾਇੰਸ ਸਿਟੀ ਬਾਰੇ ਆਪਣੇ ਸ਼ਬਦਾਂ ਵਿੱਚ ਸੰਖੇਪ ਵਿੱਚ ਲਿਖੋ ਧੰਨਵਾਦ